ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਕੰਗਣਾ ਰੋਡ ਤੇ ਪ੍ਰੋਟੈਸਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਪੱਤਰਕਾਰ ਜਿਹੜੇ ਨੂੰ ਬਹੁਤ ਵਧਾਈ ਦਿੰਦੇ ਜਿਹੜੇ ਸਾਡੇ ਮਾੜੀ ਜੀ ਕਾਲਜ ਦੇ ਕਹਿੰਦੇ ਉੱਥੇ ਪਹੁੰਚ ਗਏ ਨੇ। ਜਿਹੜੀ ਕੰਗਣਾ ਰੋਡ ਹੈ ਹਰ ਵਾਰੀ BJP ਦੀ ਸਿਖਾਈ ਹੋਈ ਕਹਿੰਦੀ ਹੈ ਵੀ ਕਦੀ ਇਹਨੂੰ ਰੈਪਿਸਟ ਕਹਿੰਦੀ ਹੈ, ਕਦੀ ਇਹਨੂੰ ਮਰਜਿਸਟ ਕਹਿੰਦੀ ਹੈ ਤੇ ਕਿਹਦੀ ਪਿਕਚਰ ਵੀ ਆ ਰਹੀ ਅਮਰਜੀਤ ਸਿੰਘ ਦੇ ਵਿੱਚ ਇਹਨਾਂ ਨੂੰ ਸਿੱਖਾਂ ਦੇ ਬਾਰੇ ਨੂੰ ਬਹੁਤ ਗਲਤ ਕੁਛ ਦਿਖਾਇਆ ਹੋਇਆ। ਅਸੀਂ ਉਹਦੇ ਬਾਰੇ ਪ੍ਰੋਟੈਸਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਹਿੰਦੇ ਵੀ ਕੰਗਣਾ ਰੋਡ ਤੇ FIR ਦਰਜ ਹੋਣੀ, ਇਹਨੂੰ FIR ਦਰਜ ਕਰਕੇ ਇਹਦੀ ਪੜਤਾਲ ਕੇ ਇਹਨੂੰ ਜੇਲ੍ਹ 'ਚ ਬੰਦ ਕਰਨਾ ਚਾਹੀਦਾ। ਇਹਨਾਂ ਕਿਸਾਨਾਂ ਨੂੰ ਪਹਿਲੇ ਵਿੱਚ ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀ ਕਿਸਾਨ ਅੰਦੋਲਨ 1, ਉਹਦੇ ਵਿੱਚ ਕੰਗਣਾ ਨੇ ਕਿਹਾ ਸੀ ਸਾਡੀ ਬੀਬੀਆਂ ਭੈਣਾਂ ਮਾਤਾ ਨੂੰ ਕਹਿੰਦੀ 100-100 ਰੁਪਏ ਦੇ ਕੇ ਬੈਠੀ ਹੈ। ਹੁਣ ਇਹ ਕਹਿੰਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਕਹਿੰਦੀ ਹੈ ਰੈਪਿਸਟ ਉੱਥੇ ਮਰਡਰ ਹੋਏ ਹੈ, ਵੱਢ ਕੇ ਇਹਨੂੰ ਉੱਥੇ ਲਟਕਾਇਆ ਗਿਆ ਤੇ ਇੱਥੇ ਕਰਾਉਂਦੇ ਆ। ਇਹਦੇ ਵਾਸਤੇ ਕਹਿੰਦੇ ਬੋਲੋ, ਇਸ ਤਰ੍ਹਾਂ ਅਸੀਂ ਮਾੜੇ ਸ਼ਬਦ ਵਾਲੇ ਇਹਨੂੰ ਨਹੀਂ ਬੋਲਣਾ ਚਾਹੁੰਦੇ ਕਿ ਇੱਕ ਲੇਡੀਜ਼ ਹੈ, ਲੇਡੀਜ਼ ਦੀ ਸਿੱਖਾਂ ਨੇ ਹਮੇਸ਼ਾ ਇਹਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੀ ਕੁਰਬਾਨੀ ਕਰਕੇ ਜਿਹੜੇ ਰੈਪਿਸਟਾਂ ਨੂੰ ਜਿਹੜੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਛੁੜਾ ਕੇ ਸਿੱਖ ਲੈ ਕੇ ਆਉਂਦੇ ਸੀਗੇ, ਅੱਜ ਉਹਨਾਂ ਨੇ ਰੇਪਿਸਟ ਕਹਿੰਦੀ ਆ। ਜਿਹੜੀ ਕਲਕੱਤਾ ਵਿੱਚ ਡਾਕਟਰ ਨਾਲ ਬਲਾਤਕਾਰ ਹੋਇਆ ਉਹਦੀ ਮਾਂ ਨੇ ਕੀ ਕਿਹਾ, ਜੇ ਅੱਜ ਉੱਥੇ ਕੋਈ ਸਿੱਖ ਹੁੰਦਾ ਮੇਰੀ ਧੀ ਨਾਲ ਮਰਦੀ ਨਾਲ ਉਹਦੇ ਨਾਲ ਰੇਪ ਹੋਣਾ ਸੀਗਾ। ਸਿੱਖਾਂ ਦੀ ਕੁਰਬਾਨੀ ਨੂੰ ਇਹ ਕੀ ਜਾਣਦੀ ਆ, ਇਹਨੂੰ ਪਤਾ ਹੀ ਨਹੀਂ ਕੁਛ ਨਹੀਂ, ਇਹ ਸਿਰਫ ਆਪਣੀ ਮੀਡੀਆ ਦੇ ਵਿੱਚ ਜਾਂ TV ਦੇ ਵਿੱਚ ਮਸ਼ਹੂਰ ਹੋਣ ਦੇ ਲਈ ਇਹੋ ਜਿਹੇ ਬਿਆਨ ਉਲਟ ਪੁਲਟ ਦਿੰਦੀ ਆ। ਤਾਂ ਅਸੀਂ ਤਾਂ ਇਹੀ ਕਹਾਂਗੇ, ਪਹਿਲਾਂ ਇਹਨੇ ਜਿਹੜਾ ਐਕਟਰ ਸੀਗਾ ਮਸ਼ਹੂਰ ਐਕਟਰ ਆ, ਨਾਮ ਤਾਂ ਭੁੱਲ ਗਿਆ ਮੈਂ, ਥੋੜ੍ਹੇ ਜਿਹਾ ਪਤਾ ਨਹੀਂ ਕੀ ਆ, ਉਦੋਂ ਵੀ ਇਹਨੇ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਸਲਮਾਨ ਖਾਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ। ਉਹਨੇ ਸਿੱਖਾਂ ਨੂੰ ਬਦਨਾਮ ਕਰੀ ਆ, ਕਦੀ ਇਹਨਾਂ ਮਰਨਿਸਟ ਕਹਿੰਦੀ, ਉਗਰਵਾਦੀ ਕਹਿੰਦੀ, ਪੱਖਵਾਦੀ ਕਹਿੰਦੀ ਹੈ। ਇਹਦੀ ਜਿਹੜੀ ਐਮਰਜੈਂਸੀ ਪਿੱਛੇ ਉਹਦੇ ਵੀ ਪਾਬੰਦੀ ਲੱਗਣੀ ਚਾਹੀਦੀ, ਉਹਨੂੰ ਬਿਲਕੁਲ ਕਿਤੇ ਵੀ ਰਿਲੀਜ਼ ਨਹੀਂ ਹੋਣਾ ਚਾਹੀਦਾ। ਸਿੱਖ ਜਿੰਨੇ ਵੀ ਸਾਰੇ ਇਸ ਕਰਕੇ ਇਸ ਨੂੰ ਘੱਟੋ ਘੱਟ ਇੱਥੇ FIR ਦਰਜ ਕਰਨ, ਜੇਲ੍ਹ 'ਚ ਬੰਦ ਕਰੋ ਜੇ ਅੱਗੇ ਤੋਂ ਇਹੋ ਜਿਹਾ ਬਿਆਨ ਨਾ ਦੇਵੇ। ਇਸ ਕਰਕੇ ਅਸੀਂ ਇਹਦਾ ਪੁਤਲਾ ਚੁੱਕਾਂਗੇ, ਜੇ ਇਹਨੇ ਨਾ ਬੰਦ ਕੀਤਾ ਇਸ ਤੋਂ ਵੱਡਾ ਕੋਈ ਹੋਰ ਵੀ ਐਕਸ਼ਨ ਲੈ ਸਕਦਾ। ਜਿਹਦੀ ਅਸੀਂ ਕਾਲ ਰੱਖੀ ਆ, ਇਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੂਰੇ ਆਪਣਾ ਹੋਰ ਸਟੇਟਾਂ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਕੰਗਣਾ ਰਣੌਤ ਆ ਉਹ ਪਹਿਲਾਂ ਵੀ ਕਿਸਾਨਾਂ ਦੇ ਪ੍ਰਤੀ ਬਹੁਤ ਮੰਦੀ ਸ਼ਬਦਾਵਲੀ ਅਤੇ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਆ। ਫਿਲਹਾਲ ਉਹਨਾਂ ਨੇ ਬੀਤੇ ਦਿਨ ਪਿਛਲੇ ਹਫ਼ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਇਹ ਕਿਹਾ ਹੈ ਵੀ ਜੇ ਇਹ ਦਿੱਲੀ ਧਰਨੇ ਦੇ ਉੱਤੇ ਠੀਕ ਆ ਵੀ ਬੈਠੇ ਹਾਂ ਅਤੇ ਠੀਕ ਆ ਵੀ ਜੇ ਇਹਨਾਂ ਦਾ ਬਸ ਚੱਲਦਾ ਤਾਂ ਅਸੀਂ ਇੱਥੇ ਵੀ ਇਹਨਾਂ ਨੂੰ ਬੰਗਲਾਦੇਸ਼ ਬਣਾ ਦਿੰਦੇ ਕਿਸਾਨ। ਇਹ ਕਿਸਾਨਾਂ ਦੀ ਜਿਹੜੀ ਛਵੀ ਆ ਸੋਸ਼ਲ ਮੀਡੀਆ ਦੇ ਉੱਤੇ ਖਰਾਬ ਕਰਨਾ ਚਾਹੁੰਦੇ ਆ। ਦੇਖੋ ਕਿਸਾਨ ਆ ਜਿਹੜੇ ਉਹ ਕੋਈ ਸ਼ੌਂਕ ਨਹੀਂ ਹੈਗਾ ਕਿ ਦਿੱਲੀ ਵਾਰ ਵਾਰ ਕੂਚ ਕਰਨਗੇ। ਕਿਸਾਨਾਂ ਦੀ ਜਿਹੜੀ ਮੰਗ ਆ ਸਰਕਾਰ ਤੋਂ MSP ਦੀ ਗਰੰਟੀ ਆ, ਠੀਕ ਆ, ਉਹ ਸਰਕਾਰ ਪੂਰੀ ਕਰੇ। ਕਿਸਾਨ ਨੂੰ ਕੋਈ ਲੋੜ ਨਹੀਂ ਸੜਕਾਂ ਦੇ ਉੱਤੇ ਧਰਨੇ ਲਾਉਣ ਦੀ। ਅਤੇ ਜਿਹੜਾ ਇਹ ਐਵੇਂ ਕਹਿ ਰਹੇ ਵੀ ਅਸੀਂ ਪੰਜਾਬ ਦਾ ਜਾਂ ਆਪਣੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਾਂ, ਅਸੀਂ ਇਹਨਾਂ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਠੀਕ ਆ ਵੀ ਇਹ ਇਸ ਤਰ੍ਹਾਂ ਦੇ ਵਾਰ ਵਾਰ ਵਿਵਾਦਿਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹਾਂ। ਇਹਨਾਂ ਹਰਕਤਾਂ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ। ਇਹਨਾਂ ਹਰਕਤਾਂ ਕਰਕੇ ਹੀ ਇਹਨਾਂ ਦੇ ਉੱਤੇ ਏਅਰਪੋਰਟ ਦੇ ਉੱਤੇ ਜਿਹੜਾ ਥੱਪੜ ਵਾਲੀ ਘਟਨਾ ਸੀ ਉਹ ਵਰਤੀ ਸੀ, ਕਿਉਂਕਿ ਪਹਿਲਾਂ ਇਹ ਸਾਡੀਆਂ ਮਾਵਾਂ ਭੈਣਾਂ ਨੂੰ ਟਕੇ 'ਤੇ ਵਿਕਣ ਵਾਲੀਆਂ ਕਹਿੰਦੀਆਂ ਸੀ। ਅਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਇਕੱਲੇ ਤੁਸੀਂ ਵਿਵਾਦਿਤ ਬਿਆਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹਾਂ ਕਿ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰੂੰਗੇ। ਅਸੀਂ ਸਰਕਾਰ ਤੋਂ ਦੇਖੋ ਇਹ ਮੰਗ ਚਾਹੁੰਦੇ ਹਾਂ ਵੀ ਇੱਕ ਮਿਸਾਲ ਪੈਦਾ ਕਰੋ। ਜੇ ਤੁਸੀਂ ਕਹਿੰਦੇ ਹੋ ਨਾ ਕਿ ਹਾਂ ਅਸੀਂ ਪੰਜਾਬੀਆਂ ਨੂੰ ਅਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਗਾਹ ਦੇ ਨਾਲ ਦੇਖਦੇ ਹੋ, ਅਸੀਂ ਪੰਜਾਬ ਦੇ ਲੋਕ ਹਮੇਸ਼ਾ ਹੀ ਵਿਤਕਰਾ ਮਹਿਸੂਸ ਕਰਦੇ ਹਾਂ ਕਿ ਪੰਜਾਬ ਸੂਬੇ ਦੇ ਨਾਲ ਇੰਡੀਆ ਭਰ ਦੇ ਵਿੱਚ ਬਹੁਤ ਅਲੱਗ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ, ਕਿਉਂਕਿ ਪੰਜਾਬ ਆ ਜਿਹੜਾ ਇਹਦੇ ਵਿੱਚ ਘੱਟ ਵੋਟਾਂ ਦੀ ਗਿਣਤੀ ਆ ਜਿਹੜੀ ਉਹ ਘੱਟ ਹੋਣ ਕਰਕੇ BJP ਇਹਨੂੰ ਹੋਰ ਨਿਗਾਹ ਦੇ ਨਾਲ ਦੇਖਦੀ ਆ।
ਭਾਜਪਾ ਨੇ ਕੰਗਨਾ ਰਣੌਤ ਤੇ ਪ੍ਰਤੀਬੰਧ ਲਗਾ ਦਿੱਤਾ ਬਿਆਨ ਦੇਣ ਦੇ ਉੱਪਰ, ਇਸ ਨੇ ਘਟਾਵਾਂ ਨੂੰ ਲੈ ਕੇ ਔਰ ਭਾਜਪਾ ਦੇ ਪ੍ਰਤੀਬੰਧ ਨੂੰ ਲੈ ਕੇ ਕੀ ਹੋਵੇ ਭਾਅ ਜੀ? ਇਹ ਜਿਹੜਾ ਤੁਸੀਂ ਕਹਿ ਰਹੇ ਹੋ ਐਵੇਂ ਲਗਾਉਣ ਦੇ ਨਾਲ, ਮੈਨੂੰ ਨਹੀਂ ਲੱਗਦਾ ਕਿ ਇੱਦਾਂ ਨਹੀਂ ਹੱਲ ਹੋਊਗਾ, ਕਿਉਂਕਿ ਲਗਾਤਾਰ ਜਿਹੜੇ ਵਿਵਾਦਿਤ ਬਿਆਨ ਆ ਉਹ ਕੰਗਨਾ ਰਣੌਤ ਦੁਆਰਾ ਹੀ ਦਿੱਤੇ ਜਾ ਰਹੇ ਹੈ, ਠੀਕ ਹੈ? ਇਹ ਇੱਕ ਬੀਜੇਪੀ ਸਰਕਾਰ ਨੇ ਇੱਕ ਗਿੱਦੜ ਸੰਘੀ ਰੱਖੀ ਹੋਈ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਐਲੀਗੇਸ਼ਨ ਲਾਉਣੀ ਆ, ਪੰਜਾਬ ਦੇ ਲੋਕਾਂ ਦੇ ਉੱਤੇ ਲਾਉਣੀ ਆ, ਤਾਂ ਇਹਨਾਂ ਨੂੰ ਇਹ ਮੂਹਰੇ ਕਰ ਦਿੰਦੇ ਆ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਨੂੰ ਸਾਨੂੰ ਠੱਲ ਪਾਉਣੀ ਚਾਹੀਦੀ ਹੈ। ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ, ਤਾਂ ਕਿ ਹੋਰ ਵੀ ਲੀਡਰਾਂ ਦੇ ਉੱਤੇ, ਠੀਕ ਆ, ਇਸ ਤਰ੍ਹਾਂ ਦੇ ਜਿਹੜੇ ਲੋਕ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਉਹਨਾਂ ਦੇ ਉੱਤੇ ਨਿਖੇਧੀ ਕਸ ਹੋਵੇ। ਹਾਂਜੀ, ਕੀ ਕਹੋਗੇ? ਜਿਹੜਾ ਤੁਸੀਂ ਕਹਿ ਰਹੇ ਨੇ ਵੀ ਕੰਗਨਾ ਰਣੌਤ ਨੇ ਪਾਬੰਦੀ ਲਾਈ ਹੈ, ਪਾਬੰਦੀ ਜਿਹੜੀ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ, ਜੇ ਜੇ ਵੋਟਾਂ ਪੈਣੀਆਂ, ਉਸ ਕਰਕੇ ਇਹਨੇ ਪਾਬੰਦੀ ਲਾਈ ਕਿ ਸਾਡੇ ਉੱਥੇ ਸਰਕਾਰ ਬਣ ਜਾਵੇ ਅਤੇ ਇਸ ਕਰਕੇ ਬਿਆਨ ਇਹਨੇ ਬੰਦ ਕਰੇ, ਨਹੀਂ ਤਾਂ ਇਹਨਾਂ ਕੋਈ ਬਿਆਨ ਨਹੀਂ। ਪਹਿਲਾਂ ਕਿਉਂ ਨਹੀਂ ਪਾਬੰਦੀ ਲਾਤੀ? ਹੁਣ ਸਾਡੇ ਪਹਿਲੇ ਕਿਸਾਨ ਸੀ, 750 ਕਿਸਾਨ ਸ਼ਹੀਦ ਹੋਇਆ, ਹੁਣ 450 ਉੱਤੇ ਫੱਟੜ ਹੋ ਗਿਆ, ਇਹਨੂੰ ਕੀ ਮਤਲਬ? ਕਿਸਾਨਾਂ ਦੀ ਕਿੰਨੀ ਉਹ ਦੇਣ ਹੈਗੀ ਆ, ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹਨਾਂ ਦੇ ਕਿਸਾਨਾਂ ਨੇ? ਦੱਸੋਗੇ ਧੀਆਂ ਭੈਣੀ ਦੀ ਇੱਜ਼ਤ ਲਾਈ, ਇਹ ਕਹਿੰਦੇ ਵੀ ਰੇਪਿਸਟ ਅਗਰ ਉੱਥੇ ਕਰਦੇ ਕਿਹੜਾ ਰੇਪਿਸਟ ਆ, ਸਾਨੂੰ ਸਿੱਧ ਤਾਂ ਕਰਕੇ ਦਿਖਾਵੇ। ਅਸੀਂ ਤੁਹਾਡੇ ਮਾਧਿਅਮ ਮੀਡੀਆ ਮਾਧਿਅਮ ਚੈਲੰਜ ਕਰਦੇ ਹਾਂ ਕੰਗਨਾ ਰਣੌਤ ਨੂੰ, ਸਾਡੇ ਸਾਹਮਣੇ ਪੂਰੇ ਮੀਡੀਆ ਜਿੰਨੇ ਵੀ ਚੈਨਲ ਹੈ, ਨੈਸ਼ਨਲ ਚੈਨਲ, ਲੋਕਲ ਚੈਨਲ, ਸੋਸ਼ਲ ਮੀਡੀਆ ਵਾਲੇ ਸਾਰੇ ਬੈਠਣ, ਪੂਰੇ ਦੇਸ਼ ਨੂੰ ਪਤਾ ਲੱਗੇ ਕਿ ਕੰਗਨਾ ਰਣੌਤ ਇਹ ਸਿਰਫ ਆਪਣੀ ਮਸ਼ਹੂਰਣ ਕਰਕੇ ਅਸੀਂ ਸਾਡੇ ਨਾਲ ਬਹਿਸ ਕਰੇ। ਅਸੀਂ ਖੁੱਲ੍ਹਾ ਚੈਲੰਜ ਦੇ, ਜਿੱਥੇ ਜਗ੍ਹਾ ਵੀ ਦੀ ਟਾਈਮ ਵੀ ਦਾ ਜਿੱਥੇ ਮਰਜ਼ੀ ਆ ਜਾਵੇ, ਅਸੀਂ ਇਹਦਾ ਜਵਾਬ ਦੇਵਾਂਗੇ। ਸਾਡੀਆਂ ਗੱਲਾਂ ਦਾ ਇਹ ਜਵਾਬ ਦੇਖੋ ਗੱਲ ਇਹ ਆ।